ਇਹ ਪ੍ਰਯੋਗ ਬਹੁਤ ਮਜ਼ੇਦਾਰ ਅਨੁਭਵ ਹੈ। ਇਸ ਪ੍ਰਯੋਗ ਵਾਸਤੇ ਤੁਹਾਨੂੰ 2 ਪੋਸਟਕਾਰਡ, ਟੇਪ ਅਤੇ ਥੋੜਾ ਰੇਤਾ ਚਾਹੀਦਾ ਹੈ। 2 ਇੱਕੋ ਜਿਹੇ ਪੋਸਟਕਾਰਡ ਲਵੋ। ਪਹਿਲੇ ਪੋਸਟਕਾਰਡ ਨੂੰ ਚੜਾਈ ਵਾਲੇ ਪਾਸੇ ਤੋਂ ਮੋੜ ਕੇ ਸਿਲੰਡਰ ਬਣਾ ਲਵੋ ਅਤੇ ਇਸ ਜੋੜ 'ਤੇ ਟੇਪ ਲਾ ਦਿਓ। ਇਸ ਤਰ੍ਹਾਂ ਇੱਕ ਮੋਟਾ ਅਤੇ ਛੋਟਾ ਸਿਲੰਡਰ ਬਣ ਜਾਵੇਗਾ। ਹੁਣ ਦੂਜੇ ਪੋਸਟਕਾਰਡ ਨੂੰ ਉਸਦੀ ਲੰਬਾਈ ਵੱਲੋਂ ਮੋੜੋ। ਇਸ ਮੋੜ 'ਤੇ ਟੇਪ ਲਗਾ ਕੇ ਇੱਕ ਲੰਬਾ ਅਤੇ ਪਤਲਾ ਸਿਲੰਡਰ ਬਣਾ ਦਿਓ। ਦੋਹਾਂ ਸਿਲੰਡਰਾਂ ਦਾ ਸਰਫੇਸ ਏਰੀਆ ਬਰਾਬਰ ਹੋਵੇਗਾ ਕਿਉਂਕਿ ਦੋਵੇਂ ਇੱਕੋ ਤਰ੍ਹਾਂ ਦੇ ਪੋਸਟਕਾਰਡ ਤੋਂ ਬਣੇ ਹਨ। ਹੁਣ ਮੋਟੇ ਸਿਲੰਡਰ ਨੂੰ ਇੱਕ ਪੇਪਰ ਪਲੇਟ 'ਤੇ ਰੱਖੋ ਅਤੇ ਪਤਲੇ ਸਿਲੰਡਰ ਨੂੰ ਮੋਟੇ ਸਿਲੰਡਰ ਵਿੱਚ ਰੱਖ ਦਵੋ। ਪਤਲੇ ਸਿਲੰਡਰ ਨੂੰ ਮੂੰਹ ਤੱਕ ਰੇਤ ਨਾਲ ਭਰ ਦਿਓ। ਹੁਣ ਪਤਲੇ ਸਿਲੰਡਰ ਨੂੰ ਹਿਲਾ ਕੇ ਕੱਢ ਲਵੋ। ਤੁਹਾਨੂੰ ਹੈਰਾਨੀ ਹੋਵੇਗੀ ਕਿ ਮੋਟਾ ਸਿਲੰਡਰ ਸਿਰਫ 2/3 ਭਰਿਆ ਗਿਆ ਹੈ ਕਿਉਂਕਿ ਇਸਦਾ ਰੇਡੀਅਸ ਵੱਧ ਹੈ।